ਲੱਗਦਾ ਕਿ ਮੈਂ ਮੈਂ ਇਹ ਨਹੀਂ ਸੋਚਾ ਚੁੰਦਾ ਕਿ ਇਸ ਵਾਸੋਂ ਕਮੀ ਆ ਇਸ ਵਾਸੋਂ ਕਮੀ ਇਸ ਵਾਸੋਂ ਕਮੀ ਲੱਗ ਲਾਈਕ ਸਾਨੂੰ ਹਮੇਸ਼ਾ ਇਹ ਸੋਚ ਆ ਜਾਂਦਾ ਕਿ ਅਸੀਂ ਇੱਕ ਇਨਸਾਨ ਦੇ ਦੇ ਨਿਦਾਰੇ ਅਸੀਂ ਕੀ ਕਰ ਸਕਦੇ ਆ ਲਾਈਕ ਮੈਂ ਇੱਕ ਇੰਡੀਵਿਜੂਅਲ ਹਾਂ ਨਿਰਾਲਾ ਮੈਂ ਕੀ ਕਰਾਂ 프ੈਂਟਨ ਦੇ ਜੰਪਾਲ ਆਕਾਸ਼ ਸਿੱਧੂ ਨੇ ਹਾਈ ਸਕੂਲ ਵਿੱਚ ਇੱਕ ਸੇਨ ਆਪਣੀ ਕਮਿਊਨਿਟੀ ਵਿੱਚ ਇੱਕ ਭੋਜਨ ਇਕੱਤਰ ਕਰਨ ਦੀ ਪਹਿਲ ਕਦਮੀ ਵਿੱਚ ਪਾਗ ਲਿਆ ਇਹ ਉਹਨਾਂ ਦਾ ਵੌਲੰਟੀਅਰ ਵਜੋਂ ਪਹਿਲਾ ਕੰਮ ਸੀ ਉਸ ਦਿਨ ਆਖਸ਼ਨੀ ਵੇਖਿਆ ਕਿ ਜਿਸ ਸੇਵਾ ਭਾਵ ਬਾਰੀ ਉਹ ਬਚਪਨ ਤੋਂ ਸੁਣਦੇ ਆ ਰਹੇ ਹਨ ਉਸ ਨੂੰ ਅਸਲ ਸ਼ਕਲ ਕਿਵੇਂ ਦਿੱਤੀ ਜਾ ਸਕਦੀ ਹੈ ਉਸ ਦਿਨ ਤੋਂ ਉਹਨਾਂ ਆਪਣੇ ਦਿਲ ਵਿੱਚ ਮਦਦ ਅਤੇ ਸੇਵਾ ਕਰਨ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਾਲ ਦਰ ਸਾਲ ਫੂਡ ਬੈਂਕਸ ਨਾਲ ਜੁੜੇ ਰਹਿਣ ਤੋਂ ਬਾਅਦ ਉਹਨਾਂ ਅਕਤੂਬਰ 2011 ਵਿੱਚ ਜਨਰੇਸ਼ਨ ਨੋ ਲਿਮਟ ਨਾਮ ਦੀ ਨਾਨ-ਪ੍ਰੋਫਿਟ ਸੰਸਥਾ ਦੀ ਨੀਂਹ ਰੱਖੀ ਜਦੋਂ ਮੈਂ ਉਹ ਸ਼ੁਰੂ ਕੀਤਾ ਉਹ ਕੰਮ ਕਰਨ ਲਈ ਉਦੋਂ ਫਿਰ ਮੇਰੇ ਆਤਮਾਤ ਖੋਰਾ ਜਾ ਚੇਂਜ ਆਈ ਉਹਦੇ ਵਿੱਚ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਇਹ ਜਿਹੜੇ ਸਾਰੇ ਆਨ ਦੇ ਪਏ ਆ ਜਿਹੜੇ ਲੋਕ ਇਹ ਬਿਲਕੁਲ ਸਾਡੇ ਪਰਿਵਾਰਾਂ ਵਰਗੇ ਹੈ ਕਿਆ ਸਾਡੇ ਕੋਈ ਜ਼ਿਆਦਾ ਫਰਕ ਨਹੀਂ ਆ ਉਹ ਕਈ ਕਈ ਲੋਕ ਆਉਂਦੇ ਆ ਕਿਉਂਕਿ ਉਹ ਉਹਨਾਂ ਦੀ ਇੱਕ ਨੌਕਰੀ ਇਸ ਲਾਈਕ ਸਾਡੇਗੀ ਆ ਤੇ ਉਹ ਸ਼ੇਮੀਨੀਆ ਦੇ ਵਾਸਤੇ ਥੋੜੇ ਜਿਹਾ ਟਾਈਟ ਆ ਤੇ ਬਸ ਆਨ ਦੇ ਇੱਕ ਇੱਕ ਵਾਰੀ ਸਾਲ ਦੇ ਵਿੱਚ ਥੋੜਾ ਜਿਹਾ ਖਾਣਾ ਲੈਣ ਲਈ ਜਾਂ ਕਈ ਵਾਰੀ ਹੁੰਦਾ ਕਿ ਛੋਟੀ ਜੀ ਗੱਲ ਕਰਕੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਫੂਡ ਬੈਂਕ ਓਨਲੀ ਪਰ ਕਿਸੇ ਰੀਜ਼ਨ ਕਰਕੇ ਆ ਜਾਂਦੇ ਆ ਤੇ ਫਿਰ ਜਦੋਂ ਮੈਂ ਦੇਖਿਆ ਮੈਨੂੰ ਕਿ oh my god like ਮੈਨੂੰ ਵੀ ਕੋਸ਼ਿਸ਼ ਕਰਨਾ ਚਾਹੀਦਾ ਤੇ ਕਈ ਲੋਕ ਆਉਂਦੇ ਸੀ ਦਾਨਪੁਰਨ ਕਾ ਲਾਈਕ ਪਾਸ 7 ਲੋਕ ਆਉਂਦੇ ਸੀ ਕੋਸ਼ਿਸ਼ ਕਰਨ ਲਈ ਬਸ ਸੋਚਿਆ ਲਾਈਕ ਵਰਟੀਕਲ ਫੈਸਿਲਿਟੀ ਆ ਗਿਵ ਤੇ ਮੈਨੂੰ ਵੀ ਕੋਸ਼ਿਸ਼ ਕਰਨਾ ਚਾਹੀਦਾ ਕਿਹੜਾ ਬਾਰਾ ਸਾਲ ਤੇ ਲੋਕ ਦੀ ਗੱਲ ਜਦੋਂ ਅਸੀਂ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਅਸੀਂ ਹਰ ਇੱਕ ਸਾਲ ਕੁਝ ਨਾ ਕੁਝ ਕਰੀ ਗਏ ਕਰੀ ਗਏ ਕਰੀ ਗਏ ਕਰੀ ਕਹਤੇ ਜਦੋਂ ਵੀ ਅਸੀਂ ਕੀਤਾ ਅਸੀਂ ਮੈਂ ਇਮਪਰੂਵਮੈਂਟ ਹਵੇਸ਼ਾਲ ਲਿਆਦੀ ਕੋਸ਼ਿਸ਼ ਕੀਤੀ ਆ ਜਨਰੇਸ਼ਨ ਨੋ ਲਿਮਿਟ ਸੰsthਾਨ ਨੇ ਵੱਖ-ਵੱਖ ਪਾਈਚਾਰਿਆਂ ਵਿੱਚ ਭੋਜਨ ਦੀ ਕਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਕਈ ਉਪਰਾਲੇ ਕੀਤੇ ਹਨ ਜਿਸ ਵਿੱਚ ਉਹਨਾਂ ਦਾ ਸਟੱਫ ਅ ਬਸ ਉਪਰਾਲਾ ਵੀ ਸ਼ਾਮਿਲ ਹੈ ਇਸ ਪਹਿਲ ਕਦਮੀ ਰਾਹੀਂ ਆਕਾਸ਼ ਦੀ ਸੰਸਥਾ ਕਈ ਗ੍ਰੋਸਰੀ ਸਟੋਰਸ ਨਾਲ ਮਿਲ ਕੇ ਕੰਮ ਕਰਦੀ ਹੈ ਅਤੇ ਭੋਜਨ ਦੀਆਂ ਵਸਤਾਂ ਤੇ ਮਹਿਲਾਵਾਂ ਦੇ ਹਾਈਜੀਨ ਪ੍ਰੋਡਕਟਸ ਫੂਡ ਬੈਂਕਸ ਤੱਕ ਮੁਹੱਈਆ ਕਰਵਾਉਂਦੀ ਹੈ ਹਾਂ ਜਿਵੇਂ ਅਸੀਂ ਦੇਖਿਆ ਕਿ ਕਿ ਮੈ ਡਾਈਪਰਸ ਫੋਰ ਔਮਨ ਦੀ ਹਾਈਜੀਨ ਪ੍ਰੋਡਕਟਸ ਕੁਕਿੰਗ ਆਇਲ ਤੋਂ ਕਾਫੀ ਐਚ ਆਰ ਚੀਜ਼ਾਂ ਪੇਲੋਂ ਮੈਨੂੰ ਪਤਾ ਨਹੀਂ ਸੀ ਕਿ ਕਿੰਨੀ ਜ਼ਰੂਰੀ ਹੈਗੀਆਂ ਪਰ 8-4 ਚੀਜ਼ਾਂ ਦੀ ਬਹੁਤ ਲੋਰ ਸੀਗੀ ਪਿਛਲੇ ਸਾਲ ਹੁਣ ਇਸ ਸਾਲ ਵੀ ਅਸੀਂ ਕਾਫੀ ਮੋਨਿਟਰਡ ਕਰਦੇ ਪਿਆ ਹਰ ਇੱਕ ਮੀਨਾ ਚੇਂਜ ਕਰਦਾ ਰਹਿੰਦਾ ਪਰ 8-4 ਚੀਜ਼ਾਂ ਮੈਨੂੰ ਜ਼ਰੂਰ ਮੈਨੂੰ ਮੇਰੇ ਦਿਮਾਗ ਚ ਆਇਆ ਲਾਈਕ ਇਹ ਬਹੁਤ ਇੰਪੋਰਟੈਂਟ ਆ ਆਕਾਸ਼ ਦੇ ਦੋਸਤਾਂ ਜਨਰੇਸ਼ਨ ਨੂੰ ਲਿਮਿਟ ਦੇ ਕਾਰਕੁਨਾਂ ਦੇ ਨਾਲ-ਨਾਲ ਫੂਡ ਡਰਾਈਵਸ ਦਾ ਆਯੋਜਨ ਕਰਨ ਸਮੇਂ ਆਕਾਸ਼ ਤੇ ਪਰਿਵਾਰਿਕ ਮੈਂਬਰਸ ਵੀ ਉਹਨਾਂ ਦਾ ਸਾਥ ਦਿੰਦੇ ਹਨ ਉਹਨਾਂ ਦੀਆਂ ਦੋ ਪੈਣਾ ਅਕਸਰ ਆਪਣੇ ਕੰਮ ਵਿੱਚੋਂ ਟਾਈਮ ਕੱਢ ਕੇ ਉਹਨਾਂ ਦਾ ਹੱਥ ਵਟਾਉਣ ਆ ਜਾਂਦੀਆਂ ਨੇ ਸਾਰੇ ਪਰਿਵਾਰ ਦੇ ਮੈਂਬਰ ਉਹ ਸਾਰੇ ਹਿੱਸਾ ਲੈਂਦੇ ਆ ਜਿਹੜੇ ਜਿਹੜੇ ਸੈਵਲੀ ਇਨਸਾ ਜਿਹੜੇ ਪਰਿਅਸ ਆ ਕਿਸੇ ਨਾ ਕਿਸੇ ਤਰੀਕੇ ਵਿੱਚ ਅਸੀਂ ਸਾਰੇ ਇਕੱਠੇ ਹੋ ਜਾਂਦੇ ਆ ਤੇ ਜਿਹੜੇ ਵੋਲੰਟੀਅਰਸ ਆ ਬਹੁਤ ਹੀ ਜ਼ਿਆਦਾ ਵੋਲੰਟੀਅਰਸ ਹਮੇਸ਼ਾ ਉਹਦੇ ਹੈਲਪ ਕਰਨ ਦੇ ਵਾਸਤੇ ਜਦੋਂ ਵੀ ਅਸੀਂ ਫੂਡ ਡਰਾਈਵ ਕਰਦੇ ਬ੍ਰੈਂਪਟਨ ਵਿੱਚ ਕਰਦੇ ਆ ਨਾਰਥ ਯੋਰਕ ਵਿੱਚ ਕਰਦੇ ਆ ਕਿਸੇ ਸ਼ਹਿਰ ਵਿੱਚ ਕਰਦੇ ਆ ਵੋਲੰਟੀਅਰਾਂ ਤੋਂ ਬਿਨਾਂ ਲਾਈਕ ਗੱਲ ਨਹੀਂ ਵਾਂਦੀ ਤੇ ਉਹ ਵੋਲੰਟੀਅਰ ਉਹ ਅਸੀਂ ਆ ਜਿੱਥੇ ਆਕਾਸ਼ ਇਸ ਗੱਲ ਨਾਲ ਸਹਿਮਤ ਹਨ ਕਿ ਮਹਾਮਾਰੀ ਤੋਂ ਬਾਅਦ ਤੋਂ ਫੋਰਡ ਬੈਂਕਸ ਤੇ ਪਾਈਚਾਰਿਆਂ ਦੀ ਨਿਰਭਰਤਾ ਵਧੀ ਹੈ ਉਥੇ ਹੀ ਉਹ ਇਹ ਵੀ ਕਹਿੰਦੇ ਹਨ ਕਿ ਉਹਨਾਂ ਦਾ ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਆ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਕੁਝ ਕਰ ਗੁਜ਼ਰਨ ਦਾ ਜਜ਼ਬਾ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਹੀ ਇਨਸਾਨ ਨੂੰ ਸਹੀ ਦਿਸ਼ਾ ਦਿੰਦਾ ਹੈ ਕਿ ਐਜੂਕੇਸ਼ਨ ਹੀ ਹੈਗੀਆ ਮੈਂ ਸਿਰਫ ਇਨੇ ਘੱਟ ਉਮਰ ਦੇ ਇਨੇ ਵੱਧ ਉਮਰ ਦੇ ਹੈਗੀਆ ਮੈਂ ਮੇਰੇ ਕੋਲ ਉਹ ਜੁੱਤੀ ਨਹੀਂ ਹੈਗੀ ਉਹ ਕੋਟ ਨਹੀਂ ਹੈਗੀ ਮੇਰੇ ਇਹ ਨਹੀਂ ਕੁਛ ਹੈਗੀਆ ਜਦੋਂ ਵੀ ਅਸੀਂ ਕੋਈ ਕਮੀਆਂ ਬਾਰੇ ਸੋਚਦੇ ਆ ਫਿਰ ਜ਼ਿੰਦਗੀ ਵਿੱਚ ਹਮੇਸ਼ਾ ਕਮੀਆਂ ਹੀ ਦਿਖਤੀਆਂ ਮੈਂ ਚਾਹੁੰਦਾ ਕਿ ਲੋਕੀ ਸੋਚੇ ਕਿ ਮੇਰੇ ਕੋਲ ਕੀ ਹੈ ਗਿਆ ਹਰ ਇੱਕ ਇਨਸਾਨ ਕੋਲੇ ਕੁਝ ਨਾ ਕੁਝ ਹੈਗੀ ਖੂਬੀ ਕੋਈ ਕੋਈ ਕੁਝ ਗਿਫਟ ਹੈ ਗਿਆ ਮੈਂ ਇਮਾਨਦਾਰ ਗੱਲ ਮੈਂ ਮੈਂ ਦੇਖਿਆ ਮੇਰੀ ਜ਼ਿੰਦਗੀ ਵਿੱਚ ਤੁਸੀਂ ਇਹ ਸੋਚੋ ਕਿ ਤੁਹਾਡੀ ਤੁਹਾਡੀ ਕੀ ਖੂਬੀ ਹੈ ਤੁਸੀਂ ਕੀ ਸਟ੍ਰੈਂਥ ਤੁੜੀ ਹੈਗੀ ਆ ਤੇ ਉਹ ਦੁਨੀਆ ਨੂੰ ਦਿਓ ਜੇ ਸਾਰੇ ਲੋਕ ਕਰੂਗੇ ਬਹੁਤ ਵੱਡਾ ਫਰਕ ਬਣੂਗਾ ਉਹਨਾਂ ਦੇ ਇਸ ਸਫਰ ਵਿੱਚ ਰੀਜਨ ਬ੍ਰੈਂਟਨ ਫੂਡ ਬੈਂਕ ਚਹਿ ਸਾਥੀ ਵੀ ਉਹਨਾਂ ਦੇ ਧੰਨਵਾਦੀ ਹਨ ਅਤੇ ਉਹਨਾਂ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਕਿ hot meals at the food banks they can volunteer we love to have volunteers um, if you go on our website at www.regenbrampton.com you can click on the volunteer tab and you can get registered to volunteer uh, you can host a food drive like, like akash does every year for us um, or you can uh, financially support us too through our at our website so all those things are appreciated generation no limit ya yeah, region brampton food bank ਨਾਲ ਤੁਸੀਂ ਕਾਰਕੁਨ ਵੱਜੋਂ ਜੁੜਨ ਲਈ ਉਹਨਾਂ ਦੀ ਵੈਬਸਾਈਟ ਤੇ ਜਾ ਸਕਦੇ ਹੋ ਰਾਧਿਕਾ ਸ਼ਰਮਾ ਆਮਨੀ ਨਿਊਜ਼